ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਰਾਣੀ ਝਾਂਸੀ ਸੁਸਾਇਟੀ ਵੱਲੋਂ ਸਾਬਕਾ ਮੰਤਰੀ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਦੀ ਰਹਿਨੁਮਾਈ ਹੇਠ ਸ਼ਰਧਾ ਸੁਮਨ ਪੇਂਟ ਕੀਤੇ ਗਏ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਸ਼ਹਾਦਤ ਨੂੰ ਯਾਦ ਕੀਤਾ ਗਿਆ। ਮਾਲਾ ਚਾਵਲਾ ਨੂੰ ਸਟੇਟ ਅਵਾਰਡ ਮਿਲਣ 'ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪਵਨ ਕੁੰਦਰਾ, ਰਾਕੇਸ਼ ਸ਼ਰਮਾ, ਅਜੇ ਬੇਰੀ, ਪੀਕੇ ਗੋਇਲ ਸਮੇਤ ਕਈ ਲੋਕ ਮੌਜੂਦ ਸਨ। ਇੱਕ ਤਾਂ ਅਸੀਂ ਸਾਰੇ ਇੱਕ ਮਹੀਨੇ ਬਾਅਦ ਜ਼ਰੂਰ ਮਿਲਦੇ ਹਾਂ, ਉਸ ਉਪਲਕਸ਼ ਇਕੱਠੇ ਹੋਏ ਹਾਂ ਅਤੇ ਦੋ ਕਾਰਜਕ੍ਰਮ ਸਾਡੇ ਅੱਗੇ ਹੈ। ਇੱਕ ਤਾਂ 7 ਅਕਤੂਬਰ ਨੂੰ ਜਿਨ੍ਹਾਂ ਬੱਚਿਆਂ ਨੂੰ ਫੀਸਾਂ ਦੇ ਦੀਆਂ 3 ਮਹੀਨੇ ਬਾਅਦ ਪੜ੍ਹਨ ਲਈ ਆਰਥਿਕ ਸਹਾਇਤਾ, ਉਹ ਕਾਰਜਕ੍ਰਮ ਦੀ ਤਿਆਰੀ ਹੈ। ਔਰ ਇੱਕ ਜਿਹੜੇ ਸਾਡੇ ਬੱਚੇ ਰਾਣੀ ਝਾਂਸੀ ਅਤੇ ਸ਼ਕਤੀ ਵੱਲੋਂ ਸਿਲਾਈ ਸਕੂਲ ਚੱਲਦੇ ਹੈ, ਉਹਨਾਂ ਦਾ ਕੋਰਸ ਪੂਰਾ ਹੋਣ ਵਾਲਾ ਹੈ। ਉਹਨਾਂ ਬੱਚਿਆਂ ਨੂੰ ਸਰਟੀਫਿਕੇਟ ਦੇਣੇ ਹੈ, ਮਸ਼ੀਨਾਂ ਸਿਲਾਈ ਦੀਆਂ ਦੇਣੀਆਂ, ਉਹਦਾ ਹੈ। ਔਰ ਸਭ ਤੋਂ ਵੱਡੀ ਗੱਲ ਹੈ, ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਹੈ। ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਵਾਸਤੇ ਵੀ ਸਾਡੇ ਸਾਰੇ ਸਾਥੀ ਇਕੱਠੇ ਹੋਏ ਹੈ, ਔਰ ਉਸ ਕਰਕੇ ਹੀ ਅਸੀਂ ਆਪਸ 'ਚ ਸਾਰੇ ਮਿਲ ਕੇ ਸੰਕਲਪ ਲਵਾਂਗੇ ਕਿ ਸ਼ਹੀਦ ਭਗਤ ਸਿੰਘ ਜੀ ਅਤੇ ਸੁਖਦੇਵ ਰਾਜਗੁਰੂ ਦੇ ਜੋ ਸ਼ਹੀਦੀ ਦੇ ਬਲੀਦਾਨ ਦੀਆਂ ਕਹਾਣੀਆਂ ਹੈ ਉਹ ਸੁਣੀਏ ਸੁਣਾਈਏ, ਤਾਂ ਕਿ ਨਈ ਪੀੜ੍ਹੀ ਵੀ ਉਹਨਾਂ ਦੇ ਚਰਨ ਚਿੰਨ੍ਹਾਂ 'ਤੇ ਚੱਲ ਸਕੇ। ਇਸ ਦੇ ਨਾਲ ਹੀ ਸਾਡੇ ਇੱਕ ਸਾਥੀ ਮਾਲਾ ਨੂੰ ਅਧਿਆਪਕ ਦੇ ਨਾਤੇ ਸਟੇਟ ਅਵਾਰਡ ਮਿਲਿਆ, ਅੱਜ ਉਹਨਾਂ ਵੱਲੋਂ ਵੀ ਔਰ ਸੰਸਥਾ ਵੱਲੋਂ ਵੀ ਆਪਸ ਦੇ ਵਿੱਚ ਕਾਰਜਕ੍ਰਮ ਕਰਕੇ ਵਧਾਈ ਦਿੱਤੀ ਲਿੱਤੀ ਜਾ ਰਹੀ ਹੈ ਔਰ ਸਾਰੇ ਕਾਰਜਕਰਤਾ ਨੂੰ ਮੂੰਹ ਮਿੱਠਾ ਕਰਾਇਆ ਜਾ ਰਿਹਾ।